ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਨੇ ਜੋ ਸਿੱਖੀ ਦਾ ਬੂਟਾ ਲਾਇਆ ਅੱਜ ਉਸ ਦੀਆਂ ਜੜ੍ਹਾਂ ਦੁਨੀਆ ਭਰ ਦੇ ਹਰ ਕੋਨੇ ਵਿੱਚ ਫੈਲ ਗਈਆਂ ਨੇ ਗੋਰੇ ਲੋਕ ਵੀ ਸਿੱਖੀ ਬਾਰੇ ਜਾਣ ਕੇ ਬੜੇ ਹੈਰਾਨ ਹੋ ਕੇ ਕੁਝ ਅਜੀਬੇ ਸਵਾਲ ਪੁੱਛ ਬੈਠਦੇ ਨੇ ਕਿ ਜਵਾਬ ਜਾਣਨ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਹੈਰਾਨ ਕਰਨ ਵਾਲਾ ਹੁੰਦਾ ਹੈ ਅਜਿਹੀ ਹੀ ਇੱਕ ਘਟਨਾ 1967 ਵਿੱਚ ਇੰਗਲੈਂਡ ਦੇ ਭਾਈ ਮਾਨ ਸਿੰਘ ਜੀ ਨਾਲ ਵਾਪਰੀ ਇੰਗਲੈਂਡ ਦੇ ਸ਼ਹਿਰ 1000 ਵਿੱਚ ਗਿਆਨੀ ਮਾਨ ਸਿੰਘ ਚੋਰ ਨੂੰ ਤਿੰਨ ਅੰਗਰੇਜ਼ ਨੌਜਵਾਨ ਕੁੜੀਆਂ ਮਿਲੀਆਂ ਜੋ ਇਸਾਈ ਧਰਮ ਦਾ ਪ੍ਰਚਾਰ ਕਰ ਰਹੀਆਂ ਸਨ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਉਹ ਭਾਈ ਮਾਨ ਸਿੰਘ ਕੋਲ ਆਈਆਂ ਉਹਨਾਂ ਤਿੰਨਾਂ ਵਿੱਚੋਂ ਇੱਕ ਕਹਿਣ ਲੱਗੀ ਕਿ ਬਾਈਬਲ ਦੇ ਵਿੱਚ ਕਿਹਾ ਗਿਆ ਕਿ ਅਸੀਂ ਸਵਰਗਾਂ ਦੇ ਜੀਵ ਹਾਂ ਸਾਡੇ ਕੋਲ ਕੋਈ ਗਲਤੀ ਹੋਈ ਸੀ ਜਿਸ ਕਰਕੇ ਸਾਨੂੰ ਸਵਰਗਾਂ ਵਿੱਚੋਂ ਧੱਕੇ ਦੇ ਕੇ ਧਰਤੀ ਤੇ ਭੇਜ ਦਿੱਤਾ ਗਿਆ ਹੁਣ ਅਸੀਂ ਸੰਸਾਰ ਤੇ ਪਾਪਾਂ ਅਤੇ ਗੁਨਾਹਾਂ ਵਿੱਚ ਫਸ ਗਏ ਹਾਂ ਸਾਣੋ ਗੁਨਾਹਾਂ ਦੇ ਬਦਲੇ ਜਿਸੂ ਮਸੀਹ ਖੁਦਾ ਦਾ ਇਕਲੋਤਾ ਬੇਟਾ ਆਇਆ ਸਾਡੇ ਗੁਨਾਹਾਂ ਨੂੰ ਮੁਆਫ ਕਰਾਉਣ ਵਾਸਤੇ ਉਹ ਆਪ ਚੜ੍ਹਿਆ ਮਸੀਹ ਨੇ ਸਾਡੇ ਗੁਨਾਹ ਆਪਣੇ ਸਿਰ ਤੇ ਲੈ ਲਏ ਹੁਣ ਅਸੀਂ ਜਿੱਦਣ ਮਰਨਾ ਸਿੱਧੇ ਸਵਰਗਾਂ ਵਿੱਚ ਜਾਣਾ ਸਾਡੇ ਸਾਰੇ ਪਾਪ ਧੋਤੇ ਜਾਣਗੇ ਇਸ ਤੋਂ ਬਾਅਦ ਉਹ ਅੰਗਰੇਜ਼ ਕੁੜੀ ਕਹਿਣ ਲੱਗੀ ਗਿਆਨੀ ਜੀ ਤੁਸੀਂ ਦੱਸੋ ਤੁਹਾਡੇ ਗੁਰੂ ਨਾਨਕ ਨੇ ਕੀ ਸਮਝਾਇਆ ਧਰਮ ਬਾਰੇ ਗਿਆਨੀ ਮਾਨ ਸਿੰਘ ਕਹਿੰਦੇ ਉਹਦੇ ਪੁੱਛਣ ਦਾ ਤਰੀਕਾ ਬੜਾ ਸੋਹਣਾ ਲੱਗਾ ਕੋਈ ਛਲ ਫਰੇਵ ਜਾਂ ਜਿੱਤ ਹਾਰ ਦੀ ਗੱਲ ਨਹੀਂ ਕੀਤੀ ਉਸ ਕੁੜੀ ਨੇ ਸਿਰਫ ਜਾਣਨ ਦੀ ਹੈਸੀਅਤ ਨਾਲ ਉਹ ਸਵਾਲ ਪੁੱਛੇ ਕਿ ਗੁਰੂ ਨਾਨਕ ਸਾਹਿਬ ਕੀ ਸਮਝਾਉਂਦੇ ਨੇ ਉਸ ਦਾ ਸਵਾਲ ਸੁਣ ਕੇ ਗਿਆਨੀ ਮਾਨ ਸਿੰਘ ਕਹਿਣ ਲੱਗੇ ਸਾਡਾ ਸਵਰਗਾਂ ਵਿੱਚ ਜਾਣ ਦਾ ਕੋਈ ਨਿਸ਼ਾਨਾ ਜਾਂ ਕੋਈ ਟੀਚਾ ਹੀ ਨਹੀਂ ਸਾਨੂੰ ਤਾਂ ਸਾਡੇ ਗੁਰੂ ਨਾਨਕ ਨਿਰੰਕਾਰ ਨੇ ਇਹ ਸਮਝਾਇਆ ਕਿ ਸਵਰਗ ਕੋਈ ਚੀਜ਼ ਹੀ ਨਹੀਂ ਨਾ ਕੋਈ ਪਾਪ ਪੁਨ ਬਹੁਤੀ ਵੱਡੀ ਗੱਲ ਹੈ ਸਾਡਾ ਗੁਰੂ ਤਾਂ ਕਹਿੰਦਾ ਹੈ ਸਵਰਗ ਬਾਸ ਐਵੇਂ ਇੱਕ ਕਹਾਵਤ ਹੀ ਹੈ। ਪਾਪ ਪੁੰਨ ਤਹਿ ਭਈ ਕਹਾਵਤ। ਕੋ ਨਰਗ ਕੋ ਸੁਰਗ ਬਚਾਵਤ। ਸਾਨੂੰ ਤਾਂ ਇਹ ਸਮਝਾਇਆ ਗਿਆ ਕਿ ਨਰਕ ਸਵਰਗ ਦੀ ਲੋੜ ਹੀ ਨਹੀਂ। ਨਾ ਇਹਨਾਂ ਤੋਂ ਡਰਨੇ ਦੀ ਲੋੜ ਹੈ। ਜੋ ਕੁਝ ਨਿਰੰਕਾਰ ਦਾ ਹੁਕਮ ਹੈ ਉਹ ਵਰਤ ਕੇ ਰਹਿਣਾ। ਉਸਦੇ ਹੁਕਮ ਵਿੱਚ ਰਾਜੀ ਰਹੋ। ਸੁਰਗ ਬਾਸ ਨਾ ਬਾਛੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ। ਮਨਹਿ ਨਕੀਜੇ ਆਸ। ਅਸੀਂ ਤਾਂ ਜਿਵੇਂ ਨਦੀ ਪਹਾੜਾਂ ਦੀ ਚੋਟੀ ਤੋਂ ਤੁਰਦੀ ਰਾਸਤੇ ਬਣਾਉਂਦੀ ਜ਼ਮੀਨ ਪੱਧਰ ਤੇ ਚਲਦੀ ਸਾਰੀਆਂ ਰੁਕਾਵਟਾਂ ਨੂੰ ਤੋੜਦੀ ਹੋਈ ਸਮੁੰਦਰ ਵਿੱਚ ਜਾਸਮੁੰਦੀ ਹੈ ਇਸੇ ਤਰ੍ਹਾਂ ਸੇ ਰਾਸਤੇ ਵਿੱਚ ਕਿਤੇ ਰੁਕਣਾ ਨਹੀਂ ਸਮੁੰਦਰ ਵਿੱਚ ਪੈ ਕੇ ਸਮੁੰਦਰ ਦਾ ਰੂਪ ਹੋ ਜਾਣਾ ਹੈ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਬਸ ਉਸੇ ਨੂੰ ਮਿਲਣਾ ਹੈ ਸਾਡਾ ਨਿਸ਼ਾਨਾ ਤਾਂ ਸਿਰਫ ਅਕਾਲਪੁਰਖ ਹੈ ਭਾਈ ਸਾਹਿਬ ਨੇ ਉਹਨਾਂ ਅੰਗਰੇਜ਼ ਕੁੜੀਆਂ ਨੂੰ ਇੱਕ ਸੂਫੀ ਦਾ ਬੋਲ ਸੁਣਾਇਆ ਉਹ ਕਹਿੰਦੇ ਜਿਹੜਾ ਸਵਰਗ ਦਾ ਬਾਗੀਚਾ ਦੱਸਦੇ ਨੇ ਨਾ ਇਹ ਮੰਜ਼ਿਲ ਹੈ ਥੱਕੇ ਹੋਏ ਲੋਕਾਂ ਦੀ ਜਿਹੜੇ ਟੁੱਟ ਕੇ ਥੱਕ ਗਏ ਉਹ ਗਾਹ ਤੁਰਨ ਜੋਗੇ ਨਹੀਂ ਪਰ ਆਪਾਂ ਤਾਂ ਅੱਗੇ ਜਾਣਾ ਹੈ ਸਵਰਗਾ ਤੇ ਨਹੀਂ ਰੁਕਣਾ ਜਿਹੇ ਬਾਗੇ ਫਿਰਦੋਸ਼ ਹੈ ਮੰਜ਼ਿਲ ਥਕੇ ਹਾਰੋਂ ਕੀ ਠਹਿਰ ਜਾਏ ਠਹਿਰਨੇ ਵਾਲੇ ਹਮਤੋਂ ਸਫ਼ਰ ਕਰਤੇ ਹਨ ਜਿਨ੍ਹਾਂ ਨੇ ਰੁਕਣਾ ਰੁਕ ਜਾਓ ਬਾਈ ਚੰਗਾ ਲੱਗਦਾ ਰੁਕ ਜਾਓ ਸਾਡੀ ਮੰਜ਼ਿਲ ਹੋਰ ਹੈ ਭਾਈ ਸਾਹਿਬ ਕਹਿੰਦੇ ਉਹ ਕੁੜੀਆਂ ਹੈਰਾਨ ਜਈਆਂ ਹੋ ਗਈਆਂ ਮੂੰਹ ਵਿੱਚ ਉਂਗਲੀਆਂ ਪਾ ਲੀਆਂ ਤੇ ਕਹਿਣ ਲੱਗੀਆਂ ਹੈ ਫਿਰ ਜਿਹਨੇ ਸਵਾਲ ਕੀਤਾ ਸੀ ਉਹ ਕੁੜੀ ਕਹਿਣ ਲੱਗੀ ਸਰ ਗ੍ਰੈਂਡ ਆਈਡੀਆ ਪਰ ਸਾਡੇ ਕੋਲ ਐਡਾ ਉੱਚਾ ਆਈਡੀਆ ਨਹੀਂ ਅਸੀਂ ਤਾਂ ਸਵਰਗਾ ਤੱਕ ਹੀ ਮਹਦੂਦ ਹਾਂ ਇਸਾਈ ਧਰਮ ਦੀ ਜੋ ਮੰਜ਼ਲ ਹੈ ਗੁਰਮਤ ਉਸ ਦੀ ਪਰਵਾਹ ਨਹੀਂ ਕਰਦੀ ਗੁਰਮਤ ਜੋਤ ਵਿੱਚ ਜੋਤ ਮਿਲਣ ਦੀ ਗੱਲ ਕਰਦੀ ਹੈ ਗੁਰੂ ਸਾਹਿਬ ਜੀ ਦੇ ਬਚਨ ਨੇ ਜੋਤ ਮਿਲੀ ਸੰਗ ਜੋਤ ਰਿਹਾ ਅਕਾਲ ਦਾ ਗੁਰਸਿੱਖਾਂ ਦੀ ਮੰਜ਼ਲ ਸੱਚਖੰਡ ਹੈ ਅਕਾਲ ਪੁਰਖ ਨਾਲ ਮੇਲ ਹੈ ਜਿਹੜੇ ਸਿੱਖੀ ਛੱਡ ਕੇ ਪਾਣੀ ਵਿੱਚ ਚੁੱਭੀਆਂ ਲੋਂਦੇ ਨੇ ਉਹ ਆਪਣੀ ਮੰਜ਼ਲ ਤੋਂ ਭਟਕ ਚੁਕੇ ਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਉਹਨਾਂ ਨੂੰ ਸਮੁੱਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ